प्रभु की पवित्र बाणी दे विचों जो असी लूका की अंजील उदा सत दिहाए नौ ऐत पढ़ते हाँ तो सानू सूबेदार बारे मिलता है। सूबेदार एक बड़ा धर्मी मनुख सी जो पिता परमेश्वर दे नाल चलदा सी। एक दिन उसका नौकर बीमार हो गया, अपने कुछ बंदियां नू प्रभु दे कोल भेजा क्या हे प्रभु जे तू इत्थों बेनती करें तो मेरा नौकर राजी हो जाएगा। ये गीत नू प्रभु की पवित्र बाणी दे विच्चों सुनाउन जा रहे हैं। ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਜੇ ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਯਸ਼ੂ ਜੀ ਕੰਮ ਕਰਦਾ ਮਾੜੀ ਕਿਸੇ ਹਦਕਾਰੀ ਥੱਲੇ ਯਸ਼ੂ ਜੀ ਕੰਮ ਕਰਦਾ ਇਸੇ ਲਈ ਭੇਜੇ ਮੈਂ ਬੰਦੇ ਆਪਣੇ ਨੇਚਾ ਬੜੀ ਹੋ ਕਰਦਾ ਆ। ਜੇ ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਜੇ ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਬੋਲ ਸੁਣਾਉਣ ਲਗਾ ਗੱਲ ਸੁਣ ਕੇ ਸੂਬੇ ਹੋ ਦਰ ਦੀ ਯਸ਼ੂ ਕੀ ਬੋਲ ਸੁਣਾਉਣ ਲਗਾ। ਅੱਜ ਤੱਕ ਨੇ ਤਨਾ ਵੇਖਿਆ ਮੈਂ ਵੇਖੀਆ ਸਾਰਾ ਇਸਰਾਹੇਲ ਮੈਂ ਵੇਖ ਲਿਆ ਇਹੋ ਜੀ ਨੇਚਾ ਨਾ ਵੇਖੀਆ। ਜੇ ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਜੇ ਇਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਮੇਰਾ ਨੌਕਰੀ ਚੰਗਾ ਹੋ ਜਾਣਾ ਆ। ਮੇਰਾ ਨੌਕਰੀ ਰਾਜੀ ਹੋ ਜਾਣਾ ਆ। ਸੁਣਾ ਦੂਗਾ
ਦੂਗਾ ਸੱਤ ਬਾਪ ਦੇ ਵਿੱਚ ਹੋਏ ਲਿਖਿਆ ਹੋਏ ਲੱਖਾਂ ਪੜ ਪੜ ਬੋਲ ਸੁਣਾ ਦੂਗਾ ਮੈਂ ਹੋਰ ਵੀ ਕੰਮ ਤੇਰੇ ਵੇਖੇ ਨੇ ਤੂੰ ਰੋਗੀ ਬੜੇ ਚੰਗੇ ਕਰਦਾ ਆ ਜੇ ਇੱਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਚੰਗਾ ਹੋ ਜਾਣਾ ਆ ਜੇ ਇੱਥੋਂ ਸ਼ਬਦ ਤੂੰ ਕਹੇ ਯਸ਼ੂ ਉਹ ਮੇਰਾ ਨੌਕਰੀ ਰਾਜੀ ਹੋ ਜਾਣਾ ਆ ਮੇਰਾ ਨੌਕਰੀ ਚੰਗਾ ਹੋ ਜਾਣਾ ਆ ਮੇਰਾ ਨੌਕਰੀ ਰਾਜੀ ਹੋ।